ਤੁਹਾਡਾ ਇੱਕ ਵਾਰੀ ਫਿਰ ਸਵਾਗਤ ਆ ਬੀਂਗ ਸਰਦਾਰ ਦੇ ਘੈਂਟ ਜੇ ਚੈਲੇਂਜ ਦੇ ਵਿੱਚ। ਗਾਈਸ ਅੱਜ ਦਾ ਚੈਲੇਂਜ ਬਹੁਤ ਜ਼ਿਆਦਾ ਯੂਨੀਕ ਆ, ਕਿਉਂਕਿ ਅੱਜ ਆਪਾਂ ਲੈ ਕੇ ਆਏ ਹਾਂ ਲਿਵਿੰਗ ਇਨ ਬਾਥਰੂਮ ਫੋਰ 24 ਆਵਰ। ਤੁਸੀਂ ਦੇਖ ਸਕਦੇ ਹੋ ਸਾਰਾ ਆਪਾਂ ਇੰਤਜ਼ਾਮ ਕਰ ਲਿਆ ਹੋਇਆ ਇੱਧਰਲੇ ਪਾਸੇ ਵੀ ਅਤੇ ਉੱਧਰਲੇ ਪਾਸੇ ਵੀ, ਅਤੇ ਆਪਾਂ 24 ਘੰਟਿਆਂ ਲਈ ਇੱਥੇ ਰਹਿਣਾ, ਸੋਣਾ ਵੀ ਇੱਥੇ ਆ, ਸਾਰਾ ਕੁਛ ਇੱਥੇ ਹੀ ਹੋਣਾ। ਪਰ ਪਹਿਲਾਂ ਇਹ ਬਾਥਰੂਮ ਇੱਦਾਂ ਦਾ ਨਹੀਂ ਸੀਗਾ, ਕਿਵੇਂ ਸੀਗਾ ਪਹਿਲਾਂ ਉਹ ਦੇਖੋ। ਗੱਲ ਸੁਣ, ਅਮਨ ਦੇ ਕੰਮ ਲੱਗਦੇ ਆ, ਤਾਂ ਹੀ ਪਹਿਲਾਂ ਜਦ ਮਹਿਸੂਸ ਹੋ ਗਿਆ, ਤਾਂ ਹੀ ਅੱਜ ਫੜ ਕੇ ਲੈ ਕੇ ਆਇਆ। ਪਹਿਲਾਂ ਹੀ ਪਿਆ ਹੀ ਹੋਈ ਨਾ, ਨਾ ਤਾਂ ਹੀ ਜੇ ਵੀ ਪਾ ਕੇ ਲੈ ਕੇ ਆਇਆ ਪਹਿਲਾਂ ਹੀ, ਇਹਨੂੰ ਪਤਾ ਹੀ ਸਮੈਲ ਆਈ ਜਾਣੀ। ਕਿਵੇਂ ਆਪਾਂ ਮੈਨੇਜ ਕਰਾਂਗੇ ਉਹ ਸਭ ਤੁਸੀਂ ਦੇਖੀ ਚੱਲੋ ਅੱਗੇ ਅੱਗੇ। ਸਭ ਤੋਂ ਪਹਿਲਾਂ ਆਪਾਂ ਸਫਾਈ ਕਰ ਲਈਏ, ਆ ਵੀ ਸਾਰਾ ਕੁਛ ਆਪਾਂ ਚੱਕ ਦਿੰਦੇ ਹਾਂ। ਰਹਿਣਾ ਤੁਹਾਨੂੰ ਪਤਾ ਯਾਰ ਔਖਾ ਵਾ, ਇੱਦਾਂ ਰਿਹਾ ਨਹੀਂ ਜਾਣਾ, ਤਾਂ ਕਰਕੇ ਆਪਾਂ ਇੱਥੇ ਵਿਛਾਵਾਂਗੇ। ਪਹਿਲਾਂ ਆਪਾਂ ਧੋਤਾ ਵੀ ਨਹੀਂ ਹੈਗਾ, ਇਹ ਪਤਾ ਨਹੀਂ ਕੱਲ੍ਹ ਦਾ ਹੀ ਧੋਤਾ ਹੋਇਆ ਨਾ, ਅਰਸ਼ ਸਵੇਰ ਦਾ ਸਵੇਰੇ ਆਂਟੀ ਧੋ ਕੇ ਗਏ ਆ। ਹਾਂ, ਇੱਥੇ ਆਪਾਂ ਰੱਖਤਾ ਸਟੂਲ, ਇੱਥੇ ਆਪਾਂ ਲੈਪਟੋਪ ਰੱਖ ਦਾਂਗੇ ਆਪਦਾ ਇੱਕ, ਹਾਂ ਫਿਲਮਾਂ ਫੁਲਮਾਂ ਦੇਖਾਂਗੇ ਹੈ ਨਾ, ਬੋਰ ਨਹੀਂ ਹੋਵਾਂਗੇ। ਪੱਖੇ ਦਾ ਇੰਤਜ਼ਾਮ ਵੀ ਹੋ ਗਿਆ ਬਰੋ, ਚੱਲਦਾ ਨਹੀਂ ਆ ਮਤਲਬ ਬਟਨ ਪਿਆ, ਉਹ ਲੈਟ ਹੈ ਨਹੀਂ, ਲੈਟ ਹੈ ਨਹੀਂ, ਮਰ ਜਾਂਗੇ ਸਾਰਾ ਗਰਮੀ 'ਚ। ਇਨਵੈਟਰ ਤਾਂ ਹੈ ਨਹੀਂ ਹੈ ਨਾ ਉਸ ਵਿੱਚ, ਇਹ ਬਾਥਰੂਮ ਛੋਟਾ ਵਾ, ਥੱਲੇ ਵਾਲੇ 'ਚ ਬਣਾਉਣੀ ਸੀ, ਉਹ ਬਾਹਲਾ ਵੱਡਾ ਬਾਥਰੂਮ ਆ, ਫਿਰ ਵੀ ਇਹਦੂ ਦੁੱਗਣਾ ਵਾ ਉਹ। ਚਲੋ ਜੀ ਆਹ ਸਮਾਨ ਸਮੂਹ ਜਿਹਾ ਟਿਕਾ ਦਈਏ ਇੱਥੇ ਆਪਾਂ, ਉਸ ਤੋਂ ਬਾਅਦ ਸਟਾਰਟ ਕਰਦੇ ਹਾਂ ਆਪਣਾ ਚੈਲੇਂਜ। ਸਭ ਨਾਲੋਂ ਪਹਿਲਾਂ ਆਪਾਂ ਆਹ ਚੀਜ਼ ਲੈ ਕੇ ਆਏ ਹਾਂ, ਤੁਹਾਨੂੰ ਪਤਾ ਸਮੈਲ ਬਹੁਤ ਗੰਦੀ ਆਊਗੀ ਇੱਥੇ, ਲੋੜ ਸੀਗੀ ਅਮਨ ਕਰਕੇ, ਕਿਉਂਕਿ ਜੇ ਮਾਰੇ ਯਾਰ ਕੇ ਮੇਰਾ ਨਾਮ ਲਾ ਦਿੰਦੇ ਲੈ ਅਮਨ ਕਰਕੇ, ਲੋੜ ਇਹਨਾਂ ਨੂੰ ਤਾਂ ਜਿਵੇਂ ਆਉਂਦੀ ਹੋਈ ਨਹੀਂ। ਚੈਲੇਂਜ ਤੋਂ ਪਹਿਲਾਂ ਨਾ ਅਮਨ ਇੱਥੇ ਗੰਦ ਪਾ ਕੇ ਛੱਡਿਆ, ਇੰਨੀ ਗੰਦੀ ਸਮੈਲ ਲੱਗਦੀ ਨਾ ਪਹਿਣੀ ਮੈਨੂੰ, ਐਵੇਂ ਨਿੰਦੀ ਜਾਂਦੇ ਦੋਨਾਂ ਦੇ, ਬਸ ਆਇਆ ਕਰ ਕਰਕੇ ਅਸੀਂ ਸਮੈਲ ਲੜਾਈ ਆ ਉੱਤੇ ਉੱਤੇ ਹਰਸ਼ ਰਹਿੰਦਾ ਵਾ, ਦੇਖ ਲਓ ਮੇਰਾ ਨਾਮ ਲਾਈ ਜਾਂਦੇ। ਦੇਖੋ ਆਹ ਆਪਾਂ ਲੈ ਲਿਆ ਹੋਇਆ, ਤੇ ਆਹ ਵੀ ਆਪਣੇ ਕੋਲੇ ਹੈਗਾ, ਤਾਂ ਕਰਕੇ ਸਮੈਲ ਦੀ ਦਿੱਕਤ ਆਪਾਂ ਨੂੰ ਨਹੀਂ ਹੋਊਗੀ। ਚਲੋ ਵਾਸ਼ਰੂਮ ਵੂਸ਼ਰੂਮ ਹੋਊਗਾ ਉਦੋਂ ਕੀ ਕਰਾਂਗੇ ਆਪਾਂ, ਓਏ ਇੱਥੇ ਹੀ ਕਰਦਿਆਂ ਕਰਾਂਗੇ, ਬੰਦ ਕਰ ਦਿਆਂਗੇ। ਓਏ ਨਹੀਂ ਹੈ ਅੱਗੇ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਕਿ ਆਈ ਪੀ ਐਲ ਸਿਰਫ ਦੇਖੋ ਹੀ ਨਹੀਂ, ਬਲਕਿ ਆਪਣੇ ਓਪੀਨੀਅਨਸ ਦੇ ਕੇ ਕਾਫੀ ਸਾਰੇ ਪ੍ਰਾਈਸਿਸ ਵੀ ਜਿੱਤੋ, ਉਹ ਵੀ 365 ਡੋਟ ਇੱਥੇ ਗਾਈਸ। ਇੱਥੇ ਕਾਫੀ ਸਾਰੇ ਕੁਸ਼ਚਨ ਹੋਣਗੇ, ਜਿਵੇਂ ਕਿ ਟੌਸ ਕੌਣ ਜਿੱਤੂਗਾ, ਮੈਚ ਕੌਣ ਜਿੱਤੂਗਾ, ਇੱਦਾਂ ਦੇ 50 ਤੋਂ ਵੱਧ ਯਾਰ ਕੁਸ਼ਚਨ ਦੇ ਆਪਣੇ ਓਪੀਨੀਅਨ ਦੇ ਕੇ ਤੁਸੀਂ ਜੇ ਸਕਦੇ ਹੋ ਕਾਫੀ ਸਾਰੇ ਪ੍ਰਾਈਸਿਸ। ਲੋਟਸ 365 ਤੇ ਰਜਿਸਟਰ ਕਰਨ ਤੇ ਤੁਹਾਨੂੰ ਮਿਲ ਜਾਊਗਾ 365 ਰੁਪੀਸ ਦਾ ਬੋਨਸ, ਤੇ ਇੱਥੇ ਤੁਹਾਨੂੰ ਮਿਲਦਾ 24 ਆਰ ਦਾ 1-on-1 ਕਸਟਮਰ ਸਪੋਰਟ। ਇੱਥੇ ਖੇਡਦੇ 10 ਬਿਲੀਅਨ ਤੋਂ ਵੀ ਜ਼ਿਆਦਾ ਯੂਜ਼ਰਸ, ਅਤੇ ਇੱਥੇ ਕ੍ਰਿਕਟ ਤੋਂ ਇਲਾਵਾ ਵੀ 200+ ਕੁਸ਼ਚਨ ਨੇ ਜਿਨ੍ਹਾਂ ਤੁਸੀਂ ਆਨਸਰ ਦੇ ਕੇ ਓਪੀਨੀਅਨ ਦੇ ਕੇ ਕਾਫੀ ਸਾਰੇ ਪ੍ਰਾਈਸਿਸ ਜਿੱਤ ਸਕਦੇ ਹੋ। ਨਿਵਾਜ਼ੂ ਦੀ ਤੇ ਸੁਨੀਲ ਸ਼ੈਟੀ ਵਰਗੇ ਦੇ ਬ੍ਰਾਂਡ ਐਂਬੈਸਡਰ ਨੇ, ਤਾਂ ਗਾਈਸ ਹੁਣੇ ਜਾ ਕੇ ਚੈੱਕ ਕਰੋ। ਚੱਲ ਪੁੱਟਰ ਦੁਬਾਰਾ ਗਾਉਂਦਾ ਪਾ, ਸਮੈਲ ਵਧੀਆ ਆਉਣ ਲੱਗ ਗਈ। ਪੰਜਾਬ ਜਿੱਦਾਂ ਦੇ ਕੋਈ ਚੈਲੇਂਜ ਕਰਦਾ ਨਹੀਂ ਨਾ, ਆਪਾਂ ਹੀ ਆ 3-4 ਜਾਣੇ ਲੱਗੇ ਰਹਿੰਦੇ ਜੋ ਦੇਖੋ, ਪਤਾ ਕੀ ਚੱਕਰ ਹੈ, ਤੁਸੀਂ ਬਹੁਤ ਪਿਆਰ ਕਰਦੇ ਹੋ ਤਾਂ ਵਧੀਆ ਲੱਗਦਾ ਇੱਦਾਂ ਦੇ ਚੈਲੇਂਜ ਕਰਦੇ ਹੋ। ਤੁਹਾਡਾ ਪਿਆਰ ਦੇਖ ਕੇ ਸਾਡੇ ਤੋਂ ਟੇਕ ਕੇ ਬਹਿ ਨਹੀਂ ਹੁੰਦਾ ਯਾਰ ਜੀ, ਅਸੀਂ ਦਿਲ ਕਰਦਾ ਹੋਰ ਪੰਗੇ ਲਈਏ, ਮੋਟੀਵੇਸ਼ਨ ਦਿਆ ਕਰੋ ਤੁਹਾਨੂੰ ਕਮੈਂਟਾਂ ਵਿੱਚ, ਤੇ ਨਾਲ ਦੱਸੀ ਚੱਲਿਆ ਕਰੋ ਕਿਹੜੇ ਕਿਹੜੇ ਚੈਲੇਂਜ ਕਰਿਆ ਕਰੀਏ ਅਸੀਂ। ਉਹ ਤੁਸੀਂ ਉੱਪਰ ਵੀ ਰੱਖਿਆ ਹੋਇਆ, ਇਹ ਮੇਰੇ ਨਾਲ ਦੋਨਾਂ ਨੂੰ ਚੈਲੇਂਜ ਆ, ਇੱਥੇ ਟਕਾਉਣਾ ਵਾ, ਇੱਥੇ ਉੱਤੇ ਨਹੀਂ ਟਕਾਉਣਾ, ਇੱਥੇ ਟਕਾਉਣਾ, ਮੈਂ ਟਕਾਉਣਾ ਦਾ ਉਹ, ਠੀਕ ਆ, ਉਹਦੇ ਨਾਲ ਵੀ ਨਹੀਂ ਡਿੱਗਣਾ ਚਾਹੀਦਾ, ਆ ਵੀ ਨਹੀਂ ਡਿੱਗਣਾ ਚਾਹੀਦਾ, ਫਿਰ ਟਿਕ ਜੂਗਾ, ਦੋ ਰੱਖੇਗਾ ਫਿਰ, ਆ ਵੀ ਨਹੀਂ ਡਿੱਗਣਾ ਚਾਹੀਦਾ ਬਾਈ, ਇਸ ਉਹ ਸਾਡੇ ਕੋਲ ਹਾਰ ਗਏ, ਸੀਟ ਆਪਾਂ ਕਰਤੀ ਹੋਈ ਆ ਹੁਣ ਕਵਰ, ਤਾਂ ਇੱਥੇ ਆਪਾਂ ਰੱਖਾਂਗੇ ਆਪਣਾ ਲੈਪਟੋਪ, ਕਿਉਂਕਿ ਆਪਾਂ ਨੂੰ ਮਨੋਰੰਜਨ ਦਾ ਸਾਧਨ ਵੀ ਚਾਹੀਦਾ, ਬਾਕੀ ਰਹਿਣ ਸਹਿਣ ਆਪਣਾ ਸੌਖਾ ਹੋ ਜੂ। ਪਰ ਜੇ ਕਿਸੇ ਨੇ ਗਲਤੀ ਨਾਲ ਵੀ ਆਹ ਚਲਾਤਾ ਨਾ, ਸਾਰਾ ਚੈਲੇਂਜ ਢੱਠੇ ਖੂਹ 'ਚ ਵੜ ਜਾਣਾ। ਲੈਪਟੋਪ ਵੀ ਆ ਗਿਆ, ਉੱਧਰ ਖਾਣ ਪੀਣ ਦਾ ਸਮਾਨ ਵੀ ਸਾਰਾ ਆ ਗਿਆ, ਗੰਢੇ ਵੀ ਆ ਗਏ, ਇੱਧਰ ਕੁੱਕਰ ਵੀ ਆ ਗਿਆ, ਕੋਈ ਖਾਣਾ ਪੀਣਾ ਹੋਇਆ ਤਾਂ।
ਇੱਧਰ ਬਾਕੀ ਤਾਂ ਸਾਰਾ ਸਮਾਨ ਆ, ਬਾਕੀ ਸੌਣ ਦਾ ਇੰਤਜ਼ਾਮ ਵੀ ਹੋ ਗਿਆ ਤੇ ਹੁਣ ਪੂਰੇ ਵੱਧ ਗਿਆ 11। ਆਪਾਂ ਕੱਲ ਦੇ 11 ਵਜੇ ਤੱਕ ਇੱਥੇ ਰਹਿਣਾ ਵੀਰੇ, ਇਹ ਚੈਲੰਜ ਆ ਜਿਹੜਾ ਪਹਿਲਾਂ ਹਾਰ ਗਿਆ, ਕਿਉਂਕਿ ਅੱਗੇ ਸਿਰਫ ਨਹਾਉਣ ਆਉਂਦੇ ਸੀ ਧੋਣ ਆਉਂਦੇ ਸੀ, ਹੁਣ ਦੇਖੋ ਕੀ ਹੁਣ ਸੌਣ ਵੀ ਆਵਾਂਗੇ। ਹਾਂ ਪਹਿਲਾਂ ਨਹਾਉਣ ਧੋਣ ਹੁਣ ਸੌਣ, ਦੋ ਜਣੇ ਮਸਾ ਹੋਣਗੇ। ਨਹੀਂ ਨਹੀਂ ਬਟਰ ਮੈਗਰ ਵਿੱਚ ਪਾ ਕੇ ਆਪਾਂ ਬਰਨ ਦਾ ਬਦਾਂਗੇ। ਪਹਿਲਾਂ ਪਿਆਜ਼ ਕੱਟੀਏ ਬੁੱਟਰ? ਨਹੀਂ ਨਹੀਂ ਪਹਿਲਾਂ ਪਿਆਜ਼ ਨਹੀਂ ਕੱਟ ਸਕਦੇ ਕਿਉਂਕਿ ਲਾਈਟ ਹੈ ਨਹੀਂ, ਇਹ ਵੀ ਇਨਵੈਟਰ ਨਾਲ ਚੱਲ ਰਿਹਾ, ਪਰ ਜਿਹੜਾ ਇਹ ਹੈ ਬਿਜਲੀ ਬਹੁਤ ਜ਼ਿਆਦਾ ਖਿੱਚਦਾ, ਉਹਦੇ ਕਰਕੇ ਪਹਿਲਾਂ ਲਾਈਟ ਆਊਗੀ, ਉਦੋਂ ਬਾਅਦ ਆਪਾਂ ਕੁਛ ਬਣਾ ਸਕਦੇ ਹਾਂ। ਮਤਲਬ ਭੁੱਖ ਬਰਦਾਸ਼ਤ ਕਰਨੀ ਪੈਣੀ ਹੈ। ਗਰਮੀ ਹੈ ਸੱਚੀ ਬਹੁਤ ਜ਼ਿਆਦਾ, ਮਤਲਬ ਪੱਖੇ ਤੋਂ ਬਿਨਾਂ ਹੀ ਰਹਿ ਨਹੀਂ ਸਕਦੇ ਬਿਲਕੁਲ ਵੀ, ਪਰ ਜੇ ਪੱਖਾ ਤੇ ਆਉਂਦੇ ਫਿਰ ਆਵਾਜ਼ ਤੁਹਾਨੂੰ ਹੋਰ ਹੀ ਆਉਂਦੀ ਹੋਣੀ ਹੈ, ਤਾਂ ਥੋੜ੍ਹੇ ਕਰਕੇ ਕੰਪਰੋਮਾਈਜ਼ ਕਰਿਆ ਤਾਂ ਲਾਈਕ ਕਹਿੰਦਾ ਅੰਕਲ ਚਿਪਸ ਨਹੀਂ ਖਾਣੇ, ਹੋਰ ਤੈਨੂੰ ਆਂਟੀ ਚਿਪਸ ਲਿਆ ਕੇ ਦਈਏ। ਆਂਟੀ ਚਿਪਸ ਲਿਆ ਕੇ ਦੋ ਯਾਰ, ਮੈਂ ਤਾਂ ਮੈਂ ਅੰਕਲ ਨੂੰ ਦਿਉਂਦਾ ਵਾਂ ਯਾਰ। ਆਹ ਪਏ ਤਾਂ ਹੈ ਆਲੇ। ਹਾਂ ਚੱਕ ਲਾ। ਹਾਂ ਗਰਮੀ ਵਾਲੀ ਲੱਗਣ ਲੱਗ ਗਈ। ਉਦੋਂ ਵੀ ਸਾਨੂੰ ਘੰਟਾ ਹੋ ਗਿਆ ਤਾਂ ਭਕਾਈ ਮਾਰਨ 12:30 ਹੋ ਗਏ ਬੁੱਟਰ ਕੇ ਨਹੀਂ? 12:45 ਹੋ ਗਈ। ਤੇ ਮਤਲਬ ਹੁਣ ਘੰਟਾ ਹੋ ਗਿਆ, ਕਦੇ ਮਤਲਬ ਰੀਲਾਂ ਦੇਖੀਆਂ ਨੇ, ਰੀਲ ਵੀ ਜਾ ਕੇ ਚੈੱਕ ਕਰੋ, ਅਸੀਂ ਇੱਥੇ ਰੀਲਾਂ ਹੀ ਬਣਾਈ ਜਾਂਦੇ ਹਾਂ, ਬੜਾ ਮਜ਼ਾ ਆ ਰਿਹਾ। ਬਸ ਇੱਕ ਵਾਰੀ ਲਾਈਟ ਆ ਜਾਵੇ ਕੁਛ ਫਿਰ ਬਣਾ ਕੇ ਖਾਂਦੇ ਹਾਂ, ਪਰ ਉਦੋਂ ਪਹਿਲਾਂ ਬੁੱਟਰ ਆਪਾਂ ਚਾਟ ਬਣਾ ਕੇ ਖਾਈਏ। ਉਹ ਨਹੀਂ ਉਹ ਖਾਂਦੇ, ਉਹ ਇਹਦੇ ਪਿੱਛੇ ਪਈ ਹੈ ਕੀ ਪਿਆ ਉਹ? ਹੁਣ ਖਾਂਦੇ ਆ ਖੀਰ। ਇੱਦਾਂ ਹੀ ਆਪਣਾ ਟਾਈਮ ਜਿਹਾ ਲੰਘ ਗਿਆ ਜਾਂਦਾ, ਪਰ ਇਦੋਂ ਬਾਅਦ ਕੁਕਿੰਗ ਕਰਕੇ ਆਪਣਾ ਅਸਲੀ ਟਾਈਮ ਲੰਘੂਗਾ ਹਨਾ। ਚੌਕਲੇਟ ਪਾ ਕੇ ਦਵਾਂ ਇਹ ਚ? ਬਿਲਕੁਲ ਵੀ ਡਿਫੀਕਲਟ ਨਹੀਂ ਲੱਗ ਰਿਹਾ ਨਾ ਚੈਲੰਜ ਆਪਣ ਲਈ, ਬਹੁਤ ਸੌਖਾ ਵਾ ਯਾਰ। ਬਾਕੀ ਤੱਕ ਬਾਥਰੂਮ ਨਹੀਂ ਨਾ ਆਇਆ, ਸਾਰਾ ਕੁਝ ਚੱਕਣਾ ਪੈਣਾ ਉੱਧਰ ਪਏ ਦੇਖੋ, ਬਾਕੀ ਖਾਂਦੇ ਹੋਣੇ ਆ। ਚਲ ਬਾਥਰੂਮ ਤਾਂ ਫਿਰ ਵੀ ਠੀਕ ਆ, ਜੇ ਕਿਤੇ ਖਾਣ ਪੀਣ ਨੂੰ ਬਣਾਈਏ। ਸੱਚੀ ਕਹਿਣਾ ਮੈਨੂੰ ਸੱਸੂ ਵਾਲੀ ਜ਼ੋਰ ਦੀ ਆਇਆ। ਬਸ ਯਾਰ ਮਤਲਬ ਏਦਾਂ ਗੱਲਾਂ ਬਾਤਾਂ ਮਾਰਦੇ ਮਾਰਦੇ ਫੋਨ ਫਾਨ ਤੇ ਟਾਈਮ ਵਧੀਆ ਲੰਘ ਗਿਆ ਆਪਣਾ। ਬਾਕੀ ਆਪਾਂ ਕਿੰਨੇ ਪੈਕਟ ਬਣਾਉਣੇ ਆ ਮੈਗੀ ਦੇ? 4 ਜਾਂ 3। ਫਟਾਫਟ ਯਾਰ ਲਾਈਕ ਕਰੋ ਯਾਰ ਵਲੌਗ ਨੂੰ। ਓਹੋ ਅੱਖਾਂ ਓਏ ਓ ਭਰਾਵਾ, ਮੈਂ ਤੋਂ ਨਹੀਂ ਦਾ ਕੰਮ ਕੋ ਮਜਾ ਆਏ, ਬੜਾ ਔਖਾ ਹੋਏ ਚੈਲੰਜ ਚ। ਮੰਮੀ ਲਈ ਲਾਈਕ ਕਰੋ, ਮੰਮੀ ਆ ਮੰਮੀ ਲਈ ਲਾਈਕ। ਓ ਤੇ ਸਰ ਸਾਡੇ ਵੀ ਪੈਣ ਲੱਗ ਗਿਆ ਅੱਖਾਂ ਚ, ਹੁਣ ਇੱਧਰ ਨੂੰ ਆ ਗਿਆ ਉਹ ਭਰਾਵਾ, ਆ ਅੱਖ ਤੇ ਮੇਰੇ ਪੈ ਗਿਆ। ਇਹ ਲੜਕਾ ਬਹੁਤ ਮਿਹਨਤ ਕਰਤਾ ਹੈਗਾ ਜੀ, ਇਸੇ ਚੈਨਲ ਕੋ ਸਬਸਕ੍ਰਾਈਬ ਕਰੋ ਗਾਈਸ। ਓ ਬਹੁਤ ਬੁਰਾ ਹਾਲ ਓਏ, ਹੱਥੇ ਵੱਜਿਆ ਇੱਥੇ ਰੱਖ ਲਈ। ਵਾਹ ਜੀ ਵਾਹ, ਕੁੱਕਰ ਵੀ ਸਾਰਾ ਕੁਝ ਆਪਣੇ ਕੋਲ ਪ੍ਰਬੰਧ ਆ, ਤੇ ਆ ਲਾਉਂਦਾ ਪਲੱਗ। ਹੁਣ ਨਾ ਪਹਿਲਾਂ ਪੰਚ ਪਾਉਂਦੇ ਆ। ਆਹ ਵਧੀਆ ਆ, ਕਿੱਥੇ ਰੱਖ ਕੇ ਬਣਾਉਣ ਲੱਗਿਆ ਪਹਿਲਾਂ ਇਹ ਦੇਖੋ। ਤਾਂ ਕਰਕੇ ਪਹਿਲਾਂ ਮੈਨੂੰ ਪਤਾ ਨੀ ਸੀ ਵੀ ਤਾਰ ਦਾ, ਤਾਂ ਕਰਕੇ ਮਤਲਬ ਰੱਖ ਲਈ।
ਦੇਖਾ ਕੀ ਬਣਦਾ ਹਿਸਾਬ ਜਿਹੜਾ ਪਾਤੀ ਓਦਾਂ ਹੀ ਪਾਣੀ। ਚਲੋ ਵੀ ਮੈਗੀ ਹੁਣ ਅੰਦਰ ਪੈ ਚੁੱਕੀ ਆ ਪੂਰਾ ਸਮਾਨ ਪੱਤਾ ਫ੍ਰਿਜ ਦੇਖ ਲੋ ਯਾਰ ਫਟਾਫਟ ਹੋਵੇ ਬਣੇ ਤਾਂ ਫਿਰ ਖਾਈਏ ਨਾ ਫਿਰ ਆਪਾਂ ਦੇਖੀਏ ਕੋਈ ਸੀਰੀਜ਼ ਵਗੈਰਾ ਹਨਾ ਆਪਾਂ ਨੈਟਫਲਿਕਸ ਤੇ। ਹੁਣ ਆਪਣੀ ਮੈਗੀ ਬਣ ਚੁੱਕੀ ਆ, ਹੁਣ ਆਪਾਂ ਲੈਂਦੇ ਆ ਮੈਗੀ ਦਾ ਨਜ਼ਾਰਾ। ਅਮਨ ਵੀਰੇ ਤੁਸੀਂ ਵੀ ਆ ਜਾਓ ਹੁਣ ਖਾ ਲਓ ਯਾਰ, ਬਸ ਕਰੋ ਹੁਣ ਬਹੁਤ ਹੋ ਗਈ ਵੀਡੀਓ ਵੀਡੀਓ। ਹਾਂਜੀ ਓਕੇ। ਹੁਣ ਇੱਥੇ ਫਿਲਮਾਂ ਫੁਲਮਾਂ ਦੇਖਣ ਤੋਂ ਬਾਅਦ ਮਤਲਬ ਅਸੀਂ ਆਪਦੀ ਹੁਣ ਵੀਡੀਓ ਦੇਖ ਰਹੇ ਹਾਂ ਇੱਥੇ। ਮੈਗੀ ਖਾ ਲਈ ਹੋਈ ਆ ਹੋਰ ਵਧੀਆ ਲੱਗ ਰਿਹਾ ਹਨਾ, ਮੈਗੀ ਮੁਗੀ ਖਾ ਲਈ ਆ ਸਾਈਡ ਤੇ ਸਾਂਭਤਾ ਹੋਇਆ। ਫਰਿੱਜ ਚੋਂ ਡਰਿੰਕ ਕੱਢੀ ਜਾਂਦਾ, ਕੋਈ ਪੀਣਾ ਪੀਣਾ ਤਾਂ ਖਾ ਪੀ ਲਓ, ਆ ਵਾਧੂ ਚੀਜ਼ਾਂ ਪਈਆਂ ਨੇ। ਅੱਛਾ ਜੀ ਗਰਮੀ ਹੋਣੀ ਆ ਬਹੁਤ ਪ੍ਰੋਬਲਮ ਹੋਊਗੀ ਨਾ ਸੌਣ ਚ, ਪਰ ਜਮਾ ਨੀ ਹੋਈ, ਅਸੀਂ ਮਤਲਬ ਆਰਾਮ ਨਾਲ ਰਹਿ ਰਹੇ ਹਾਂ ਇੱਥੇ, ਕੋਈ ਦਿੱਕਤ ਨੀ ਹੋਈ। ਇੱਕ ਗੱਲ ਹੋਰ ਔਖਾ ਰਾਤ ਨੂੰ ਹੋਊਗਾ, ਅਜੇ ਘਰ ਬੈਠੀ ਉਹ ਮਸਾਂ ਹੋਇਆ ਦੇਖੋ ਆ ਰਹੇ, ਮੈਂ ਬੈਠਾ ਇਧਰਲੇ ਪਾਸੇ ਉਹ ਦੇ ਉਧਰਲੇ ਪਾਸੇ ਉਹ। ਅੱਖਾਂ ਬੰਦ ਹੋ ਗਈਆਂ, ਸੋ ਗਏ, ਏਦਾਂ ਕਰਦੇ ਕਰਦੇ ਕਿੰਨੇ ਵੱਜ ਗਏ ਤੂੰ ਦੇਖ, 7-17 ਹੋ ਗਏ, 7-17 ਹੋ ਗਏ ਆਰਾਮ ਨਾਲ ਇੱਥੇ ਬੈਠਿਆ, ਬਾਹਰ ਹਨੇਰਾ ਹੋ ਗਿਆ ਹੁਣ ਦੇਖ ਵੀ ਨੀ ਸਕਦੇ ਯਾਰ ਆਪਾਂ, ਤੇ ਉਦੋਂ ਬਾਅਦ ਹੁਣ ਸੋਈਏ, ਦਿਲ ਬਹੁਤ ਕਰਦਾ ਪਿਆ ਬਾਹਰ ਜਾਣ ਦਾ, ਪਰ ਯਾਰ ਆਰਾਮ ਨਾਲ ਖਾ ਪੀ ਕੇ ਬੈਠੇ ਆ, ਕੋਈ ਚੱਕਰ ਨਹੀਂ। ਮੈਨੂੰ ਨੀਂਦ ਆ ਰਹੀ ਹੈ, ਖਾਦਾ ਹੈ ਬਾਹਰ ਜਾ ਕੇ ਸੌਂਦਾ। ਹੁਣ ਯਾਰ ਮਤਲਬ 7:30 ਹੋ ਗਏ ਆ ਤੇ ਆਰਾਮ ਨਾਲ ਬੈਠੇ ਆ, ਸਵੇਰੇ ਆਪਾਂ 11 ਵਜੇ ਤੱਕ ਇੱਥੇ ਬਹਿਣਾ, ਸਵੇਰ ਦੇ 11 ਵਜੇ ਤੱਕ। ਸਹੀ ਗੱਲ ਆ ਹਨਾ, ਤੇ ਬਾਕੀ ਪੱਖਾ ਚਲਾ ਦੇ ਭਰਾਵਾ, ਪੱਖੇ ਨਾਲ ਮਾੜੀ ਮੋਟੀ ਜ਼ਿੰਦਗੀ ਸਹੀ ਲੱਗ ਰਹੀ ਆ। ਸਹੀ ਗੱਲ ਆ, ਨੁੱਚੜਨ ਲੱਗ ਜਾਂਗੇ ਭਰਾਵਾ। ਸੱਚੀ ਗੱਲ ਆ, ਪੱਖੇ ਕਰਕੇ ਨਾ ਮਤਲਬ ਮਾਹੌਲ ਠੰਡਾ ਜਿਹਾ ਹੋਇਆ ਪਿਆ, ਲੱਗਿਆ ਨੀ ਜਿਵੇਂ ਠੰਡਾ ਹੋਊਗਾ। ਸਹੀ ਆ, ਪਰ ਯਾਰ ਮੈਂ ਗੱਲ ਕਰ ਰਹੀ ਹਾਂ, ਮੈਨੂੰ ਨਾ ਬਹੁਤ ਜ਼ੋਰ ਦੀ ਬਾਥਰੂਮ ਆਇਆ, ਮਤਲਬ ਇੰਨੀ ਕੁ ਜ਼ਿਆਦਾ ਜ਼ੋਰ ਦੀ, ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਕੀਤਾ ਹੀ ਨਹੀਂ, ਆਇਆ ਹੋਇਆ ਮੈਨੂੰ ਮਤਲਬ 3 ਵਜੇ ਆਉਣਾ ਸਟਾਰਟ ਹੋ ਗਿਆ ਸੀਗਾ, ਹੁਣ ਵੀ ਘੁੱਟ ਗਿਆ ਹੁਣ ਤਾਂ ਜਮਾਂ ਹੀ, ਮਤਲਬ ਨਾ ਕੀ ਦੱਸਾਂ ਹੁਣ ਤੈਨੂੰ, ਤਾਂ ਕਰਕੇ ਹੁਣ ਮੈਨੂੰ ਬਾਈ ਬੰਦਾ ਕੀ ਕਰੇ ਯਾਰ, ਦੱਸ ਹੋ ਗਈ।
ਬੰਦਾ ਚੈਲੰਜ ਆਈਡੀਆ ਬੋਤਲ ਦੇ ਬੋਤਲ ਦੇ ਬੰਦਾ ਚੈਲੰਜ ਨਾ ਕਰੇ ਪਹਿਲਾਂ ਬੋਤਲ ਦੇ ਲੈ ਬੋਤਲ ਦੇ ਇੱਥੇ ਦੇਖ ਲੋ ਕਿੱਦਾਂ ਦਾ ਬੰਦਾ ਰੇ ਪਹਿਲਾਂ ਨਾ ਪੀਂਦਾ ਪੈਪਸੀਆਂ ਹੀ ਆ ਕਿਹੜੀਆਂ ਵਾ ਇਹ ਛੱਡ ਕਿਉਂ ਪਰ ਜਾਫੀ ਵੱਜਦਾ ਗੁੜਦਾ ਟੀਵੀ ਨੱਤੀ ਵਿੱਚ ਉੜਦਾ ਓਏ ਆੜੀ ਓਏ ਮੈਂ ਸੱਚੀ ਘੁੱਟ ਕੇ ਰੱਖ ਲੈਂਦਾ ਬਾਥਰੂਮ ਆਉਂਦਾ ਮੰਨ ਕੇ ਚੱਲ ਬੰਦੇ ਨੂੰ ਐਮ ਟਾਈਮ ਤੇ ਪੂਰਾ ਜ਼ੋਰ ਪੈ ਗਿਆ ਉੱਥੇ ਆਪਾਂ ਲੜਾਂਗੇ ਲੜਦੇ ਲੜਦੇ ਬੰਦੇ ਦਾ ਜ਼ੋਰ ਨਿਕਲ ਜਾਣਾ ਹੋਰ ਯਾਰ ਉਹ ਪੈਣ ਬੰਦ ਕਰੇ ਤੂੰ ਬਸ ਕਰ ਸੋਈਏ ਬੁੱਢਰ ਮੈਂ ਸੌਣ ਲੱਗਾ ਸੱਤੀ ਹੁਣ ਯਾਰ ਬਈ ਆ ਦੇਖੋ ਆਰਾਮ ਨਾਲ ਪਿਆ ਹੁਣ ਵੱਜ ਚੁੱਕਿਆ ਰਾਤ ਦੇ 10 ਤੇ ਆਰਾਮ ਨਾਲ ਹੀ ਮਤਲਬ ਆ ਦੇਖੋ ਪੂਰੇ ਗੰਦ ਗੁੰਦ ਪਾਈ ਫਿਰਦੇ ਆ ਭੁੱਖ ਭੁੱਖ ਲੱਗਣ ਦਾ ਜਮਾ ਨਹੀਂ ਉਹ ਹੈਗਾ ਮਤਲਬ ਖਾਧਾ ਪੀਤਾ ਹੋਇਆ ਆਪਣਾ ਆਰਾਮ ਨਾਲ ਕੱਢਣਾ ਕਿੱਥੋਂ ਭੁੱਖ ਨਹੀਂ ਲੱਗ ਰਹੀ ਬਿਲਕੁਲ ਬੇਣਾ ਬਈ ਮੈਨੂੰ ਹਜੇ ਵੀ ਬਹੁਤ ਜ਼ੋਰ ਦੀ ਸੁੱਸੂ ਆਇਆ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕੰਟਰੋਲ ਕੋਈ ਚੱਕਰ ਨਹੀਂ ਤੂੰ ਕਿਉਂ ਟੇਡਾ ਕਿਉਂ ਕਰਦਾ ਥੱਲੇ ਨੂੰ ਕਿਉਂ ਕਰ ਰਿਹਾ ਇਹਨਾਂ ਨੂੰ ਉਹਨੂੰ ਸੌ ਲਿਆਂ ਤੋਂ ਫਿਰ ਕੇਰਾਂ ਜਾ ਕੇ ਮੈਂ ਕਰੂੰਗਾ ਤੂੰ ਸੀਟ ਦੀ ਵਜਾ ਭਰਾਵਾ ਇੱਥੇ ਬਵਾਣਾ ਮੈਂ ਪੈ ਸਕਦੇ ਆ ਮੈਂ ਇਸ ਰੋਡ ਪੈ ਸਕਦਾ ਆ ਦੇਖ ਇੱਧਰ ਹਾਂ ਇਦਾਂ ਪੈ ਜਾ ਮੈਂ ਇੱਧਰ ਨੂੰ ਪੈ ਨਾ ਉਧਰ ਨੂੰ ਹੋ ਜਾ ਦੇਖੀ ਪੈ ਕੇ ਦੇਖਦੇ ਆ ਇਹ ਬਾਸ 10:30 ਹੋ ਗਏ ਆ ਮੈਨੂੰ ਕਮ ਸੇ ਕਮ 9 ਘੰਟੇ ਹੋ ਗਏ ਆਪਣਾ ਸੁੱਸੂ ਕੰਟਰੋਲ ਕਿਤੇ ਨੂੰ ਵੀ ਮੰਨ ਸਕਦਾ ਵਾ ਤੇ ਕਰਨਾ ਪੈਣਾ ਯਾਰ ਮਤਲਬ 9 ਘੰਟੇ ਤਾਂ ਨਹੀਂ ਹੋਏ ਮਤਲਬ 3-4 ਘੰਟੇ ਤੋਂ ਮੈਨੂੰ ਆ ਰਹੇ ਆ ਜੀ ਤੁਹਾਨੂੰ ਪਤਾ ਹੀ ਹੋਣੀ ਇੰਨੀ ਮਿਹਨਤ ਨਹੀਂ ਆਉਂਦੀ ਤੇ ਅਸਮਾਨ ਕਦੋਂ ਚੱਕ ਰਿਹਾ ਓਏ ਇੱਧਰ ਦੇਖ ਲੈ ਪੁੱਤਰ ਕੋਈ ਨਹੀਂ ਯਾਰ ਬੰਦ ਕਰ ਹੁਣ ਬਸ ਉਹਨੂੰ ਵੀ ਹੁਣ ਪਤਾ ਵਾ ਬਸ ਕਰੋ ਨਹੀਂ ਨਹੀਂ ਬਾਥਰੂਮ ਕਰੀ ਜਾਂਦਾ ਸਮੈਲ ਸਮੈਲ ਹੋ ਜਾਣੀ ਹੁਣ ਇੱਥੇ ਪਹਿਲਾਂ ਪਰਫਿਊਮ ਪੀ ਲਾ ਫਿਰ ਕਰੀ ਰਾਜਾ ਇੱਧਰ ਆਏ
ਅੱਛਾ ਬਾਹਰ ਹੀ ਚਲਾ ਗਿਆ ਸੱਚੀ ਕਰੂਗਾ ਪਰਫਿਊਮ ਛਿੜਕਾ ਪਹਿਲਾਂ ਤਾਂ ਇੱਥੇ ਹੁਣ ਬੁੱਟਰ ਵੀਰਾ ਸਾਨੂੰ ਪਰਨੇ ਫਟਾ ਗਿਆ ਸੀਗਾ ਤੇ ਵੀਰਾ ਬੰਨ ਰਿਹਾ ਤੇ ਮੈਂ ਬੰਨ ਲਿਆ ਹੋਇਆ ਤੇ ਬਹੁਤ ਸੋਹਣਾ ਆਪ ਤਾਂ ਉਹ ਟਾਈਮ ਵਾਲੀ ਨਿਕਲ ਗਿਆ ਤੁਸੀਂ ਸਾਰੇ ਜਣੇ ਕਹਿੰਦੇ ਤੁਸੀਂ ਚੈਲੰਜ ਕੰਪਲੀਟ ਨਹੀਂ ਕਰਦੇ ਤਾਂ ਅੱਜ ਆਪਾਂ ਕੰਪਲੀਟ ਕਰਾਂਗੇ ਅਮਣਾ ਦਾ ਸਹੀ ਤਰ੍ਹਾਂ ਬੰਨ ਲਾ ਅਮਣ ਬਸ ਠੀਕ ਆ ਹਾਂ ਸਹੀ ਬੰਨ ਲਿਆ ਆਪਾਂ ਕਿਹੜਾ ਵਿਆਹ ਦੇਣਾ ਸੋਹਣੇ ਇਹਦੇ 'ਚ ਦੇਖ ਕੇ ਬੰਨ ਬੁੱਲ ਲਿਆ ਬਸ ਹੁਣ ਸੋਨੇ ਹਾਂ ਹੁਣ ਸਾਰਾ ਆਪਾਂ ਚੈਲੰਜ ਕੰਪਲੀਟ ਕਰਕੇ ਫਿਰ ਹੀ ਸਵੇਰੇ ਉੱਠਣਾ ਠੀਕ ਆ ਅਮਣ ਸਹੀ ਦੱਸੀ ਤੇਰਾ ਟਾਈਮ ਪਾਸ ਹੋ ਰਿਹਾ ਪਰ ਹੁਣ ਇੱਥੇ ਬਹੁਤ ਅਜੀਬ ਲੱਗਣ ਲੱਗ ਗਿਆ ਪਰ ਜੇ ਕਹੀਏ ਵੀ ਬਹੁਤ ਜ਼ਿਆਦਾ ਔਖਾ ਸੀਗਾ ਉਵੇਂ ਨਹੀਂ ਸੀਗਾ ਉਵੇਂ ਨਹੀਂ ਸੀਗਾ ਬਟ ਐਂ ਮਤਲਬ ਸਟੇ ਕਰਨਾ ਔਖਾ ਮਤਲਬ ਐਂ ਖਿੱਚ ਚੜਨ ਲੱਗ ਜਾਂਦੀ ਬੰਦੇ ਨੂੰ ਨਾ ਐਂ ਮਤਲਬ ਅਗਰੈਸਿਵ ਜਿਹਾ ਹੋਣ ਲੱਗ ਜਾਂਦਾ ਹੁਣ ਮੈਂ ਤੇ ਗੁੱਸਾ ਕਰੀ ਜਾਂਦਾ ਇਹ ਮੈਂ ਤੇ ਗੁੱਸਾ ਕਰਨਾ ਚਾਹੁੰਦਾ ਪਰ ਇਹ ਕਰ ਨਹੀਂ ਸਕਦਾ ਉਹ ਸੁਣਿਆ ਨਿੱਕੀ ਨਿੱਕੀ ਗੱਲ ਤੇ ਖਿੱਚ ਚੜਨ ਲੱਗ ਜਾਂਦੇ ਵੀ ਮਤਲਬ ਇੰਨੇ ਕਮਰੇ 'ਚ ਰਹਿੰਦੇ ਪਏ ਨਾ ਤਾਂ ਖਿੱਚ ਚੜਦੇ ਕੱਦਾਂ ਮਤਲਬ ਖਾਣ ਜਿਹਨੂੰ ਇੱਕ ਜਿਹੜੀ ਗਰਮੀ ਆ ਉਹਦੇ ਕਰਕੇ ਬਹੁਤ ਦਿਮਾਗ ਖਰਾਬ ਜਿਹਾ ਹੁੰਦਾ ਹਨਾ ਹੁਣ ਇੱਕ ਬੰਦ ਕਰਨੀ ਪੈਂਦੀ ਉਹਦੇ ਕਰਕੇ ਫਿਰ ਤਾਂ ਆਪਾਂ ਸੀਰੀਜ਼ ਵਗੈਰਾ ਦੇਖੀ ਜਾਂਦੇ ਠੀਕ ਆ ਜਾ ਕੇ ਬਹਿ ਵੀ ਸਕਦੇ ਹਾਂ ਬਾਹਰ ਇਹੋ ਜਿਹੀ ਕੋਈ ਗੱਲ ਨਹੀਂ ਦਿਲ ਤੈਰ ਕਰਦਾ ਵੀ ਹਨਾ ਵੀ ਮਤਲਬ ਬਾਹਰ ਜਾ ਕੇ ਪੈ ਜਾਈਏ ਕੋਈ ਚੱਕਰ ਨਹੀਂ ਪਰ ਇੱਥੇ ਵੀ ਕੰਫਰਟੇਬਲ ਆ ਦੇਖੋ ਆਰਾਮ ਨਾਲ ਪਏ ਹਾਂ ਐਡੀ ਕੋਈ ਗੱਲਬਾਤ ਹੈ ਨੀਗੀ ਮਤਲਬ ਔਖਾ ਬਿਲਕੁਲ ਨਹੀਂ ਹੁੰਦਾ ਤੇ ਨਾਲੇ ਯਾਰ ਤੁਸੀਂ ਵੀ ਕਮੈਂਟ ਕਰ ਰਹੇ ਸੀ ਵੀ ਤੁਸੀਂ ਨਾ ਚੈਲੰਜ ਕੰਪਲੀਟ ਨਹੀਂ ਕਰਦੇ ਹਨਾ ਤੁਹਾਡੇ ਤੋਂ ਮਤਲਬ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਬਟ ਅਸੀਂ ਅੱਜ ਸੋਚਿਆ ਵੀ ਕੋਈ ਕੰਮ ਨਹੀਂ ਕਰਨਾ ਬਸ ਚੈਲੰਜ ਹੀ ਚੈਲੰਜ ਕਰਨਾ ਵਾ ਹਾਂ ਸਹੀ ਗੱਲ ਆ ਹੁਣ ਫੋਨ ਫਾਨ ਵੀ ਨਹੀਂ ਚਲਾਉਣਾ ਯਾਰ ਮਤਲਬ ਬੋਰ ਜਿਹਾ ਹੋ ਰਿਹਾ ਨਾ ਟਾਈਮ ਵਧੀਆ ਹੋਣਾ ਜੋ ਸੋ ਜਾਵਾਂਗੇ ਟਾਈਮ ਲੰਘ ਜੂਗਾ ਵਧੀਆ ਤੇ ਕੱਪੜੇ ਕੁਪੜੇ ਉਹ ਪਏ ਦੇ ਕੀ ਉੱਪਰ ਹੀ ਤੇ ਇੱਥੇ ਮਤਲਬ ਫਿਲਮ ਫਿਲਮ ਦੇਖ ਲਵਾਂਗੇ ਕੋਈ ਨਾ ਕੋਈ ਤੇ ਅਸੀਂ ਕੁਝ ਖਾਧਾ ਵੀ ਨਹੀਂ ਗਿਆ ਸਾਨੂੰ ਭੁੱਖ ਵੀ ਨਹੀਂ ਲੱਗੀ ਕਿਉਂਕਿ ਅਸੀਂ ਮਤਲਬ ਆਹ ਸਭ ਚੀਜ਼ਾਂ ਖਾ ਪੀ ਕੇ ਮਤਲਬ ਗੁਜ਼ਾਰਾ ਕਰੀ ਜਾਂਦੇ ਹਾਂ ਤੇ ਭੁੱਖ ਨਾ ਮਰੀ ਜੀ ਪਈ ਆ ਹਨਾ ਹੁਣ ਹਾਂ ਯਾਰ ਤਾਂ ਬਸ ਹੁਣ ਯਾਰ ਸੌਣ ਲੱਗੇ ਰਾਤ ਦੇ ਪਤਾ ਨਹੀਂ ਕਿੰਨੇ ਵੱਜੇ ਹੋਏ ਆ ਮਤਲਬ ਹੁਣ ਤਾਂ ਨਾ ਹੋਰ ਹੀ ਦਿਮਾਗ ਜਿਹਾ ਖਰਾਬ ਹੋ ਗਿਆ ਹੁਣ ਸੱਚੀ ਮੇਰਾ ਦਿਲ ਕਰੀ ਜਾਂਦਾ ਕਿ ਮੈਂ ਬਾਜ਼ਾਰ ਚਲਾ ਜਾਵਾਂ ਹੁਣ ਖਿੱਚ ਬਾਹਲੀ ਚੜ੍ਹਨ ਲੱਗ ਗਈ ਯਾਰ ਨੀਂਦ ਹੀ ਨਹੀਂ ਆ ਰਹੀ ਇੱਥੇ ਮਤਲਬ ਨਾ ਡਰ ਜਿਹਾ ਲੱਗਦਾ ਕੋਈ ਕਰੀ ਕੋਈ ਬੀਂਡਾ ਬੂੰਡਾ ਜਿਹਾ ਲਾ ਜੀ ਟਰਾਈ ਕਰਦਾ ਸੋਚ ਲਈ ਕਿਉਂਕਿ ਸਵੇਰੇ ਵੀ ਯਾਰ ਚੈਲੰਜ ਕਰਨਾ ਵਾ ਖੇਡ ਜਦੋਂ ਗਿਆਰਾਂ ਫਟਾਫਟ ਬੱਚੇ ਨੂੰ ਯਾਰ ਦਿਮਾਗ ਖਰਾਬ ਜਿਹੜਾ ਹੋ ਰਿਹਾ ਵਾ ਇਹ ਬੰਦ ਹੋ ਗਏ ਦੇਖੋ ਇੱਧਰਲੇ ਪਾਸੇ ਨੂੰ ਪਿਆ ਸੀ ਉੱਧਰ ਜਾ ਵੜਿਆ ਚਲੋ ਕਹਿੰਦੇ ਸਵੇਰੇ ਮਿਲਦੇ ਹਾਂ ਪਰਨੇ ਪੁਰਨੇ ਦਾ ਪਤਾ ਨਹੀਂ ਯਾਰ ਕੀ ਬਣਨਾ ਸਵੇਰ ਤੱਕ ਖੰਘ ਲੱਗੀ ਪਈ ਆ ਯਾਰ ਤਾਂ ਹੁਣ ਹੋ ਚੁੱਕੀ ਹੈਗਾ ਜੀ ਸਵੇਰ
ਪਰਨਾ ਮੈਂ ਬਸ ਥੋੜਾ ਦੁਬਾਰਾ ਬੰਨਿਆ, ਮੈਂ ਕਿਹਾ ਵੀਡੀਓ ਬਣਾਉਣੀ ਆ, ਬਾਕੀ ਉਹਦੇ ਆਰਾਮ ਨੂੰ ਸੁੱਤਾ ਪਿਆ, ਸੁੱਤਾ ਨਹੀਂ ਪਿਆ, ਉੱਠ ਗਿਆ। ਮਤਲਬ ਟਾਈਮ ਕਿੰਨਾ ਹੈ ਤੁਹਾਡੇ? ਮਾਰਨਿੰਗ ਟਾਈਮ ਦਿਖਾ ਦੇ, 12:32। ਫਾਈਨਲੀ ਆਪਾਂ ਜਿਹੜਾ ਚੈਲੇਂਜ ਉਹ ਕੰਪਲੀਟ ਕਰ ਲਿਆ ਹੋਇਆ ਅੱਜ। ਬਸ ਫਿਰ ਹੁਣੇ ਸੌ ਕੇ ਉੱਠੇ ਸੀਗੇ, ਹਜੇ ਤੱਕ ਬਰੱਸ਼ ਵੀ ਨਹੀਂ ਕੀਤਾ ਕਿਉਂਕਿ ਉਹ ਵੀ ਬਾਹਰ ਹੀ ਪਿਆ ਹੋਇਆ। ਅਤੇ ਬਸ ਯਾਰ ਪਰਨਾ ਆਇਆ ਬੰਨਿਆ, ਅਤੇ ਅਸੀਂ ਦੇਖਿਆ ਕਿ ਯਾਰ ਮਤਲਬ ਟਾਈਮ ਹੋ ਚੁੱਕਿਆ। ਇਦੋਂ ਪਹਿਲਾਂ ਵੀ ਮੇਰੀ 6 ਵਜੇ ਜਾ ਖੁੱਲ੍ਹੀ ਸੀ, ਮੇਰਾ ਗਲਾ ਜਿਹਾ ਖਰਾਬ ਹੋ ਗਿਆ ਸੀਗਾ ਚੀਜ਼ਾਂ ਖਾ ਪੀ ਕੇ, ਤਾਂ ਕਰਕੇ ਚੀਜ਼ਾਂ ਘੱਟ ਹੀ ਖਾਇਆ ਕਰੋ ਯਾਰ। ਮੈਂ ਵੀ ਮਤਲਬ ਚੈਲੇਂਜ ਚੁਲੇਂਜ ਵੇਲੇ ਹੀ ਖਾਂਦਾ ਹੁੰਦਾ। 6 ਵਜੇ ਮਾੜੀ ਜਾ ਖੁੱਲ੍ਹੀ, ਬਹੁਤ ਔਖਾ ਹੋਇਆ ਮੈਨੂੰ, ਫਿਰ ਮੈਂ ਚੁੱਪ ਚੁੱਪ ਦਿਸ ਹੋ ਗਿਆ, ਮੈਂ ਕਿਹਾ ਕੋਈ ਚੱਕਰ ਨਹੀਂ ਗਾ। ਅਤੇ ਹੁਣ ਜਿੱਤਿਆ ਕੌਣ ਆਪਣੇ 'ਚੋਂ? ਦੋਵੇਂ ਜਿੱਤ ਗਏ ਆਪਾਂ ਬਰੋ, ਦੋਵੇਂ ਜਿੱਤ ਗਏ। ਫਿਰ ਤਾਂ ਮਜ਼ਾ ਕੀ ਆਇਆ? ਗੱਲ ਤਾਂ ਯਾਰ ਚੈਲੇਂਜ ਕੰਪਲੀਟ ਕਰਨ ਦੀ ਸੀ, ਉਹ ਆਪਾਂ ਕਰਤਾ ਹੋਇਆ। ਤਾਂ ਗਾਇਸ ਕਿਵੇਂ ਲੱਗਿਆ ਚੈਲੇਂਜ ਜ਼ਰੂਰ ਦੱਸੋ, ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਇਸ ਚੈਲੇਂਜ ਹੋਰ ਦੇਖਣ ਲਈ। ਮੈਂ ਮਿਲਦਾ ਨੈਕਸਟ ਵੀਡੀਓ ਵਿੱਚ, ਟਿਲ ਦੈਨ ਪੀਸ ਆਊਟ। ਚਲੋ ਬਾਈ ਸਮਾਨ ਚੱਕੋ ਹੁਣ ਸਾਰਾ।